ਮਨ ਜਿਹੜਾ ਹੱਥ ਹੁੰਦੀ ਚੁੱਕਣਾ ਚਾਹੀਦਾ ਘਰ ਕੋਈ ਵੀ ਨੂੰ ਜਲਦੀ ਕਰ ਸਾਡੇ ਕਮਰੇ ਦਾ ਬੂਹਾ ਕੰਮ ਖੋਲੇ ਸਾਡੀ ਹਰਸ਼ਾ ਨੂੰ ਚੋਰੀ ਕੀਤੀ ਨੇ ਦੱਬ ਦੇ ਚੋਰ ਹੁਣ ਦੱਬ ਦੋ ਹਰਸ਼ਾ ਖੋਲੋ ਤੂੰ ਸਾਡੀ ਚੋਰੀ ਕੀਤੀ ਆ ਚਲੋ ਜਾਨ ਫਾਟ ਕੇ ਚੌਧਰੀ ਕੋਲ ਆਵੇ ਨੇ ਚੌਧਰੀ ਕੋਲ ਲਾਲੂ ਖੋਲ ਲਵਾਂ ਜ਼ਿੰਦਗੀ ਤਮਾਸ਼ਾ ਬਣੇ ਦੁਨੀਆ ਦਾ ਹਾਸਾ ਬਣੇ ਕਿਤੇ ਵੀ ਨਾ ਯਾਰ ਮਿਲਿਆ ਆਪਣਾ ਬੇਗਾਨਾ ਹੋਇਆ ਰੋਂਦੇ ਪਿਆ ਬਹਿਣ ਪਿਆ ਹੁੰਦੇ ਹੋਇਆ ਚੌਧਰੀ ਸਾਹਿਬ ਚੋਰ ਬਾਬਾ ਚੌਧਰੀ ਸਾਹਿਬ ਮੈਂ ਤਾਂ ਸਹੀ ਕਰਾਵਣ ਜਾਂਦਾ ਅੱਜ ਕਹਿਣਾ ਵੱਡਿਆ ਪਾਪੀਆ ਚੌਧਰੀ ਸਾਹਿਬ ਅਸੀਂ ਬਾਹਰ ਸੌਦਾ ਲੈਣ ਗਏ ਵਾਸਤੇ ਦੋਵਾਂ ਵੀਰਾਂ ਸਮਾਨ ਕੱਢੀ ਲਿਆਉਂਦੇ ਹਾਂ ਅਸਾਂ ਮੌਕੇ ਤੇ ਮਧੂਆ ਨੂੰ ਫਾੜ ਲਿਆ ਤੁਹਾਡਾ ਹੋਰ ਤੇਰੇ ਪਿਓ ਦਾ ਓਏ ਸਾਡਾ ਆਪਣਾ ਸਮਾਨ ਅਸੀਂ ਸਹੀ ਕਰਾਵਣ ਭਜਾਂਦੇ ਸਾਡੇ ਕੋਠੇ ਚ ਸਹੀ ਤੂੰ ਚੋਰੀਆਂ ਕਰਦਾ ਤੂੰ ਬੋਲਦਾ ਤੇਰੇ ਪਿਓ ਦਾ ਮੈਂ ਸ਼ਰੀਫ ਚੋਰ ਆ ਚੁੱਪ ਕਰਕੇ ਬੈਠਾ ਇਹਨਾਂ ਦੀਆਂ ਅੱਖਾਂ ਬੰਨਾ ਤੂੰ ਦੋ ਸੋਟੇ ਲੈ ਆ ਤੇ ਹੁਣੇ ਮੰਦੇ ਸਾਰਾ ਕੁਝ ਗਰਮੀ ਮੈਂ ਤਾਂ ਹਵਾ ਲਾਉਣ ਲੱਗਾ ਮੈਂ ਤੈਨੂੰ ਬੜੀ ਤੁੱਦਾਂ ਦੀ ਹਵਾ ਭਰਾ ਦਿੰਦਾ ਤੂੰ ਟੈਨਸ਼ਨ ਨਾ ਲੈ ਤੈਨੂੰ ਬੜੀ ਹਵਾ ਭਰਾ ਅਜੂਰ ਸਿੰਘ ਗੋਰੀ ਸਾਹਿਬ ਤੂੰ ਆ ਕੋ ਭੁੱਖੇ ਨੰਗੇ ਹੋ ਯਾਰ ਤੁਸੀਂ ਵੀ ਤੁਹਾਡੇ ਡੇਰੇ ਤੋਂ ਸਾਨੂੰ ਸੋਟਾ ਹੀ ਕੋਈ ਲੱਗਾ ਇੱਥੋਂ ਰਸਤੇ ਰੁਸਤੇ ਡੂਬਣ ਲਾ ਦੇਣਾ ਕੁੱਟਣਾ ਮੇਰੇ ਖਜ਼ਾਨੇ ਚ ਵਗਾਇਆ ਨਾ ਹੁਣ ਠਹਿਰ ਜਾ ਕਾਹਦਾ ਨਾ ਪਾਓ ਕੁਛ ਹੌਸਲੇ ਤੂੰ ਕੰਮ ਲਿਆ ਕਰ ਐ ਤੂੰ ਫੱਦ ਇਹ ਆਪਣੇ ਵਿਰਾਹ ਨਿੱਕੇ ਨੂੰ ਮੋਚ ਕੇ ਰੱਖਣੇ ਅਗਲਾ ਚੌਧਰੀ ਸਲਾਹ ਚੰਗੀ ਨਾ ਦਿੱਤੀ ਲੱਗੀ ਜਾਈ ਨਾ
Thank you.